ਨਜ਼ਰ ਆ ਰਹੀ ਇਹ ਨੌਜਵਾਨ ਕੁੜੀ ਜਿਸਦਾ ਹਾਲ ਹੀ ਦੇ ਵਿੱਚ ਵਿਆਹ ਹੋਇਆ ਸੀ ਪਰ ਹੁਣ ਇਸਦਾ ਕਤਲ ਹੋ ਗਿਆ। ਜੀ ਹਾਂ, ਇਸਦਾ ਕਤਲ ਇਸਦੇ ਹੀ ਪਤੀ ਵੱਲੋਂ ਕੀਤਾ ਗਿਆ ਅਤੇ ਇਸਦੇ ਗਲੇ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਹੈ। ਦੱਸਣਾ ਬਣਦਾ ਹੈ ਕਿ ਪਿਛਲੇ ਮਹੀਨੇ 25 ਅਗਸਤ ਨੂੰ ਹੀ ਇਸਦਾ ਵਿਆਹ ਹੋਇਆ ਸੀ ਪਰ ਵਿਆਹ ਦੇ 20 ਦਿਨਾਂ ਦੇ ਅੰਦਰ ਹੀ ਕਤਲ ਦੀ ਘਟਨਾ ਨੂੰ ਇਸਦੇ ਪਤੀ ਵੱਲੋਂ ਅੰਜਾਮ ਦੇ ਦਿੱਤਾ ਗਿਆ। ਕੁੜੀ ਦਾ ਕੈਨੇਡਾ ਦਾ ਵੀਜ਼ਾ ਵੀ ਆਇਆ ਹੋਇਆ ਸੀ ਤੇ ਜਨਵਰੀ ਦੇ ਵਿੱਚ ਵਿਦੇਸ਼ ਸਟੱਡੀ ਵੀਜ਼ੇ ਤੇ ਜਾਣਾ ਸੀ ਪਰ ਉਸ ਤੋਂ ਪਹਿਲਾਂ ਹੀ ਇਸਦੇ ਪਤੀ ਨੇ ਇਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉੱਥੇ ਹੀ ਕੁੜੀ ਦਾ ਪਰਿਵਾਰ ਰੋ ਰੋ ਕੇ ਇਨਸਾਫ ਦੀ ਗੁਹਾਰ ਲਗਾ ਰਿਹਾ ਤੇ ਮੁਲਜ਼ਮ ਪਤੀ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕਰ ਰਿਹਾ। ਇਹ ਘਟਨਾ ਬਰਨਾਲਾ ਦੇ ਨਾਰਾਇਣਗੜ੍ਹ ਸੋਹੀਆਂ ਪਿੰਡ ਤੋਂ ਸਾਹਮਣੇ ਆਈ ਹੈ ਜਿੱਥੇ ਪਤੀ ਨੇ ਹੀ ਆਪਣੀ ਪਤਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਉੱਥੇ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਵਿੱਚ ਲਿਆਂਦਾ ਹੈ। ਜੇ ਗੱਲ ਕੀਤੀ ਜਾਵੇ ਕੁੜੀ ਦੇ ਪਰਿਵਾਰ ਦੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਅਤੇ ਪੀੜਤ ਪਰਿਵਾਰ ਦਾ ਕਹਿਣਾ ਹੈ ਕਿ ਉਸਦਾ ਪਤੀ ਉਸਨੂੰ ਅਕਸਰ ਪਰੇਸ਼ਾਨ ਕਰਦਾ ਸੀ ਪਰ ਬੀਤੀ ਰਾਤ ਇਹਨਾਂ ਦੋਵਾਂ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਅਣਬਣ ਹੋਈ ਤੇ ਇਸਦੇ ਪਤੀ ਨੇ ਇਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਹਾਲਾਂਕਿ ਮ੍ਰਿਤਕਾ ਦੇ ਭਰਾ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਧਰੇ ਵੀ ਕੋਈ ਸੁਣਵਾਈ ਨਹੀਂ ਹੋ ਰਹੀ ਪਰ ਤਾਂ ਵੀ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਗੁਹਾਰ ਲਗਾਈ ਹੈ ਕਿ ਉਹਨਾਂ ਦੀ ਭੈਣ ਦੇ ਕਾਤਲ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕੀਤਾ ਜਾਵੇ ਤੇ ਸਲਾਖਾਂ ਦੇ ਪਿੱਛੇ ਪਹੁੰਚਾਇਆ ਜਾਵੇ। ਮੇਰਾ ਨਾਮ ਬਈ ਅੰਮ੍ਰਿਤਪਾਲ ਸਿੰਘ ਆ, ਪਿੰਡ ਲੱਖਾ ਵਾ ਤੇ 25 ਅਗਸਤ ਨੂੰ ਮੇਰੀ ਭੈਣ ਦਾ ਵਿਆਹ ਹੋਇਆ ਸੀਗਾ ਤੇ 25 ਅਗਸਤ ਦੇ ਵਿਆਹ ਤੋਂ ਬਾਅਦ ਯਾਨੀ ਕਿ ਅੱਜ ਘਟਨਾ ਮੇਰੀ ਭੈਣ ਦਾ ਕਤਲ ਕਰ ਦਿੱਤਾ ਜਾਂਦਾ ਜੋ ਕਿ ਸਾਨੂੰ ਪਤਾ ਉਹਨਾਂ ਦੀ ਪੰਚਾਇਤ ਵੱਲੋਂ ਤੜਕੇ ਸੁਬਹਾ 3:30 ਵਜੇ ਦੱਸਿਆ ਜਾਂਦਾ ਵਾ ਫੋਨ ਲਾ ਕੇ ਅਤੇ ਜੋ ਕਿ ਇਹਨਾਂ ਨੇ ਜਿਵੇਂ ਦੱਸਿਆ ਸਾਨੂੰ ਅਸੀਂ ਜਿਵੇਂ ਪੁੱਜੇ ਉੱਥੇ ਅਤੇ ਉਹਨਾਂ ਦੀ ਹਾਲਤ ਬਹੁਤ ਹੀ ਮੰਦਭਾਗੀ ਘਟਨਾ ਦੇ ਵਿੱਚ ਮਿਲੀ ਸਾਨੂੰ ਅਤੇ ਉਹਨਾਂ ਦੇ ਗਰਦਨ 'ਤੇ ਬਹੁਤ ਵਾਰ ਕੀਤੇ ਹੋਏ ਸੀ ਜਿਵੇਂ ਪੇਚਕਸ ਨਾਲ ਅਤੇ ਬਹੁਤ ਹੀ ਗੰਦੀ ਘਟੀਆ ਤਰੀਕੇ ਨਾਲ ਉਹਨਾਂ ਦੀ ਮੌਤ ਕੀਤੀ ਗਈ ਆ ਅਤੇ ਹਾਂ ਵਿਆਹ ਤੋਂ ਬਾਅਦ ਮੁੰਡਾ ਕੁਛ ਪਹਿਲਾਂ ਵੀ ਤੰਗ ਪਰੇਸ਼ਾਨ ਕਰਦਾ ਸੀਗਾ ਸਮਝਾਉਣ ਦੇ ਬਾਵਜੂਦ ਵੀ ਨਹੀਂ ਸਮਝਿਆ ਪਰ ਉਸਨੇ ਇਹ ਘਟਨਾ ਨੂੰ ਆਖਰ ਨੂੰ ਅੰਜਾਮ ਦਿੱਤਾ ਜੀ। ਪ੍ਰਸ਼ਾਸਨ ਤੋਂ ਸੁਣਵਾਈ ਘੱਟ ਹੋ ਰਹੀ ਹੈ ਜੀ, ਸੁਣਵਾਈ ਕੀਤੀ ਜਾਵੇ, ਚੰਗੀ ਤਰੀਕੇ ਨਾਲ ਇਨਸਾਫ ਦਿੱਤਾ ਜਾਵੇ। ਬਾਹਰ ਦਾ ਆਉਣਾ ਜੀ ਲਾਇਆ ਹੋਇਆ ਸੀਗਾ ਪਰ ਜੇ ਬਣ ਜਾਂਦਾ ਤਾਂ ਨਾਰਾਇਣਗੜ੍ਹ ਸੋਹੀਆਂ ਵੀ ਆਈ ਸੀਗੀ ਜੀ। ਸਰਪੰਚ ਆ ਤਜਿੰਦਰ ਸਿੰਘ, ਪੰਚ ਨਾਰਾਇਣਗੜ੍ਹ ਸੋਹੀਆਂ, ਜ਼ਿਲ੍ਹਾ ਬਰਨਾਲਾ। ਘਟਨਾ ਇਹ 2:30 ਵਜੇ ਵਾਪਰੀ ਆ ਇਹ, ਅਤੇ ਚਲੋ ਉਹਨਾਂ ਅੰਦਰ ਪਿਆ ਸੀਗਾ ਘਰ ਦੋਹੇ, ਕੀ ਕਹਿੰਦੇ ਆ, ਕੁੜੀ ਵੀ ਸੀਗੀ ਮੁੰਡਾ ਵੀ ਉੱਥੇ ਹੀ। ਉਦੋਂ ਬਾਅਦ ਘਰ ਵਾਲੇ ਦੂਜੇ ਪਰਿਵਾਰ ਪਾਸੇ ਪਏ ਸੀਗੇ ਦੂਜੇ ਕਮਰੇ 'ਚ, ਉਹਨਾਂ ਨੇ ਜਦੋਂ ਮੋਟਰਸਾਈਕਲ ਸਟਾਰਟ ਕਰਿਆ 2:30 ਵਜੇ, ਉਦੋਂ ਬਾਅਦ ਉਹਨਾਂ ਨੂੰ ਘਰਦਿਆਂ ਨੂੰ ਫਿਰ ਪਤਾ ਲੱਗਿਆ, ਉਹ ਭੱਜ ਗਿਆ। ਉਦੋਂ ਬਾਅਦ ਮੈਨੂੰ ਕੀ ਕਹਿੰਦੇ ਆ ਨਾਲ ਹੀ ਸਾਡਾ ਘਰ ਆ ਨੇੜੇ ਹੀ, ਉੱਥੇ ਮੈਨੂੰ ਬੁਲਾਇਆ, ਬੁਲਾ ਕੇ ਜਦੋਂ ਦੇਖਿਆ ਕੀ ਕਹਿੰਦੇ, ਉਦੋਂ ਬਾਅਦ ਜਦ ਹੀ ਮੈਂ ਪੁਲਿਸ ਵਾਲਿਆਂ ਨੂੰ ਫੋਨ ਲਾਇਆ ਅਤੇ ਆਪਣਾ SHO ਨੂੰ, SHO ਨੂੰ ਨੰਬਰ ਦੇ ਕੇ ਉਹਨਾਂ ਨੇ ਕੀ ਕਹਿੰਦੇ ਆ ਜਦੋਂ ਪਾ ਕੇ ਉਹ ਕਰ ਲਿਆ, ਉਹਨਾਂ ਨੇ ਟਰੇਸ ਕਰ ਲਿਆ, ਫੜ ਲਿਆ ਜੀ। ਕੁੜੀ ਕੀ ਕਹਿੰਦੇ ਆ 25 ਕੁ ਦਿਨ ਹੋ ਗਏ ਸੀਗੇ ਵਿਆਹ ਹੋਏ ਨੇ, 25 ਮਗਰਲੇ 8 ਤਰੀਕ ਦਾ 24 ਤਰੀਕ ਦਾ ਵਿਆਹ ਸੀਗਾ
ਤੇ ਉਦੋਂ ਬਾਅਦ ਕੋਈ ਊਂ ਤਾਂ ਨਹੀਂ ਸੀਗਾ ਕੋਈ ਰੌਲਾ ਗੌਲਾ, ਤੇ ਬਸ ਆਹੀ ਰਾਤ ਦਾ ਨਹੀਂ ਕੋਈ ਕੀ ਗੱਲਬਾਤ ਹੋਈ ਆ ਕੀ ਨਹੀਂ। ਕੁੜੀ ਦਾ ਆਈਲੈਟਸ ਕਰਿਆ ਸੀਗਾ ਇਹਨਾਂ ਨੇ, ਮੁੰਡੇ ਵਾਲਿਆਂ ਨੇ ਪੈਸੇ ਭਰੇ ਹੋਏ ਸੀ ਸਾਰਾ ਕੁਛ। ਕੁੜੀ ਦਾ ਵੀਜ਼ਾ ਆਇਆ ਵਾ ਸੀਗਾ, ਬਾਹਰ ਨੂੰ ਜਾਣਾ ਸੀਗਾ, ਜਨਵਰੀ ਕਹਿੰਦੇ ਆ ਟੇਕ ਸੀਗਾ। ਇਹ ਮੁੰਡੇ ਬਣੀਆਂ ਮੈਂ ਕਰਮਜੀਤ ਸਿੰਘ ਸਰਪੰਚ ਸਾਹਿਬ ਕਾ ਜੰਗੀਆਂ ਤੋਂ, ਸਾਡੇ ਪਿੰਡੋਂ ਰਿਸ਼ਤੇਦਾਰੀ ਆ, ਲੱਖੇ ਦੀ ਲੱਖੇ ਪਿੰਡ ਦੀ ਕੁੜੀ ਹੈ। ਇਹਦਾ ਕੁੜੀ ਦਾ ਪਰਿਵਾਰ ਬਹੁਤ ਨਰਮ ਹੈ। ਕੁੜੀ ਦੇ ਮੈਰਿਜ ਹੋਈ ਨੂੰ ਹਜੇ ਤਕਰੀਬਨ 20 ਕੁ ਦਿਨ ਹੀ ਹੋਏ ਹੈ, ਅਤੇ ਇਹਨਾਂ ਨੇ ਰਾਤ ਸਹੁਰੇ ਆਏ ਨੇ, ਸੋਈ ਆਏ ਨੇ, ਕੁੜੀ ਨੂੰ ਮਾਰਤਾ, ਅਤੇ ਹੁਣ ਪੁਲਿਸ ਕਾਰਵਾਈ ਕਰੀ ਜਾਂਦੀ ਹੈ। ਕਹਿੰਦੇ ਬਾਕੀ ਚਲੋ ਸਾਨੂੰ ਸੰਤੁਸ਼ਟੀ ਹੈ ਵੀ ਕਾਰਵਾਈ ਵੀ ਵਧੀਆ ਕਰਨਗੇ ਪੁਲਿਸ ਵਾਲੇ, ਸਾਰੀ ਕਰਨੀ ਚਾਹੀਦੀ ਵੀ ਹੈ, ਗਾਹਾਂ ਨੂੰ ਨਹੀਂ ਇਹੀ ਘਟਨਾ ਵਾਪਰਨੀ ਚਾਹੀਦੀ। ਨਰਾਇਣਗੜ੍ਹ ਸੋਈਆਂ ਪਹਿਲਾਂ ਮੰਗਦੇ ਸੀ, ਕਹਿੰਦੇ ਕਿਤੇ ਤੋਂ ਮੰਗ ਲੈਂਦੇ ਸੀ ਵਿਆਹ ਤੋਂ ਪਹਿਲਾਂ ਵੀ, ਉਹਨਾਂ ਨੇ ਚੰਦੀ ਕੁਛ ਜ਼ਮੀਨ ਵਗੈਰਾ ਲਿਖਾਈ ਵੀ ਹੈ, ਅਤੇ ਹੁਣ ਵੀ ਪੈਸਿਆਂ ਦੀ ਮੰਗ ਕਰਦੇ ਸੀ। ਉਹਦਾ ਬੀਆ ਕੁੜੀ ਦਾ ਆਇਆ ਬਸ, ਇਹ ਦੋ ਭੈਣ ਭਰਾ ਕਤਲ ਹੈ, ਬਿਲਕੁਲ ਕਤਲ ਹੈ। ਅਸੀਂ ਤਾਂ ਕਹਿੰਦੇ ਹਾਂ ਕਹਿੰਦੇ ਉਹਨਾਂ 'ਤੇ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਮੈਂ SS ਟੱਲੇਵਾਲ ਨਿਰਮਲਜੀਤ ਸਿੰਘ, ਸਾਡੇ ਸੁਬਹਾ ਸਾਨੂੰ ਇੱਕ ਇਨਫੋਰਮੇਸ਼ਨ ਪ੍ਰਾਪਤ ਹੋਈ ਸੀਗੀ, ਜਿਹਦੇ ਵਿੱਚ ਮ੍ਰਿਤਕ ਲੜਕੀ ਦੇ ਪਿਤਾ ਅਜਮੇਰ ਸਿੰਘ ਨੇ ਆਪਣਾ ਬਿਆਨ ਮੇਰੇ ਕੋਲ ਤਹਿਰੀਰ ਕਰਵਾਇਆ ਕਿ ਐਂ ਕਰਕੇ ਮੇਰੀ ਕੁੜੀ ਨੂੰ ਉਹਦੇ ਸਹੁਰਿਆਂ ਨੇ ਮਾਰ ਦਿੱਤਾ। ਅਸੀਂ ਮੌਕੇ 'ਤੇ ਜਾ ਕੇ ਉਹਨੂੰ ਨਾਲ ਲੈ ਕੇ, ਜਦੋਂ ਮੌਕੇ 'ਤੇ ਗਿਆ ਉੱਥੇ ਜਾ ਕੇ ਪੂਰੇ ਕਾਇਦੇ ਕਾਨੂੰਨ ਨਾਲ ਸਾਰਾ ਉੱਥੋਂ ਐਵੀਡੈਂਸ ਕਲੈਕਟ ਕਰਕੇ ਡੈਡ ਬੋਡੀ ਨੂੰ ਕਬਜ਼ੇ 'ਚ ਲੈ ਲਿਆ ਸੀ ਅਤੇ ਪੋਸਟਮਾਰਟਮ ਵਾਸਤੇ ਭੇਜ ਦਿੱਤੀ ਸੀ। ਹੁਣ ਅਸੀਂ ਪੋਸਟਮਾਰਟਮ ਕਰਵਾ ਕੇ ਬਾਕੀ ਅਗਲੀ ਕੱਲ੍ਹ ਜਿਹੜੀ ਤਫਤੀਸ਼ ਉਹ ਅਮਲ 'ਚ ਲਿਆਵਾਂਗੇ, ਅਤੇ ਇਹਦੇ 'ਤੇ ਮੁਕੱਦਮਾ ਨੰਬਰ 43 ਮਿਤੀ ਅੱਜ ਦੀ 2024 ਅਧੀਨ ਧਾਰਾ 103 ਦਰਜ ਰਜਿਸਟਰ ਹੋ ਗਿਆ ਨਹੀਂ, ਹਾਲੇ ਤੱਕ ਵੇਰ ਹੈ।